ਤਿੰਨ ਕੁ ਦਿਨ ਪਹਿਲਾਂ ਜਦੋਂ ਪੰਜਾਬ ਥੋੜ੍ਹਾ ਕੁ ਧਾਰਮਿਕ ਹੋਇਆ ਸੀਗਾ ਉਦੋਂ ਕਸਟਮਰ ਵਾਲੀ ਬੀਬੀ ਦਾ ਫੋਨ ਆ ਗਿਆ ਸਵੇਰੇ ਸਵੇਰੇ, ਕਹਿੰਦੀ ਨਮਸਕਾਰ ਸਰ। ਮੈਂ ਕਿਹਾ ਜੀ ਸਤਿ ਸ਼੍ਰੀ ਅਕਾਲ। ਕਹਿੰਦੀ ਸਰ ਤੁਹਾਡੇ ਫੋਨ ਦੀ ਵੈਲਿਡਿਟੀ ਮੁੱਕ ਰਹੀ ਆ, ਅਤੇ ਉਹਨੂੰ ਦੋ ਚਾਰ ਨਵੇਂ ਪਲਾਨ ਆਇਆ ਉਹ ਤੁਹਾਨੂੰ ਦੱਸ ਰਿਹਾ। ਅਤੇ ਉਹ ਚੰਦਰੀ ਪਲਾਨ ਦੱਸਦੀ ਰਹੀ, ਮੇਰੇ ਦਿਮਾਗ 'ਚ ਗੀਤ ਚੱਲਦਾ ਰਿਹਾ। ਗੀਤ ਕੀ ਆ ਪੇਸ਼ ਕਰ ਰਿਹਾ, ਕਹਿੰਦਾ ਉਹ ਲਾਲਚੀ ਵਿਚੋਲੇ ਮੁੰਦੀਆਂ ਤੇ ਟੁੱਕਦੇ, ਮਹਿੰਦੀਆਂ ਨਾ ਕਦੇ ਨਹੀਂ ਉਹ ਧੌਲੇ ਲੁਕਦੇ। ਲਾਲਚੀ ਵਿਚੋਲੇ ਮੁੰਦੀਆਂ ਨਾ ਟੁੱਕਦੇ, ਮਹਿੰਦੀਆਂ ਨਾ ਕਦੇ ਵੀ ਨਹੀਂ ਧੌਲੇ ਲੁਕਦੇ। ਬਹੁਤੇ ਹੂੰਟੇ ਲਈਏ ਨਾ ਬਗਾਨੀ ਗੱਡੀ ਦੇ, ਪਿੱਟ ਬੁੱਲਾਂ ਲਾਗੇ ਨੀ ਜਵਾਕ ਛੱਡੀ ਦੇ। ਬੈਠੀ ਆ ਮਕਾਨ ਬੁੱਢੀ ਪਾਵੇ ਪਿੱਟਣੇ, ਤੁਹਾਡੇ ਬਿਨਾਂ ਚੱਲਣਾ ਏ ਸਾ ਕੋਈ ਨਾ। ਸਿਮਾਂ ਵਾਲੀ ਵੈਲਿਡਿਟੀ ਲਾਈਫ ਟਾਈਮ ਦੀ, ਪਰ ਹੁਣ ਬੰਦੇ ਦਾ ਵਸਾਂ ਕੋਈ ਨਾ। ਓਏ ਸਿਮਾਂ ਵਾਲੀ ਵੈਲਿਡਿਟੀ ਲਾਈਫ ਟਾਈਮ ਦੀ, ਪਰ ਹੁਣ ਬੰਦੇ ਦਾ ਵਸਾਂ ਕੋਈ ਨਾ। ਸੁਖੀ ਨੀ ਕੋ ਰਹਿੰਦਾ ਮਾਪੇ ਘਰੋਂ ਕੱਢ ਕੇ, ਖੁਸ਼ੀ ਕਦੇ ਮਿਲਦੀ ਨੀ ਹੱਥ ਅੱਡ ਕੇ। ਉਹ ਵੈਰੀ ਨਾ ਪਛਾਣੋ ਕਦੇ ਪਹਿਲੇ ਹੱਲੇ ਤੋਂ, ਬਾਣੀਆਂ ਨਾ ਹੱਥ ਚੱਕਦਾ ਏ ਗੱਲੇ ਤੋਂ। ਝੂਠਿਆਂ ਲਈ ਆਉਂਦੇ ਲੋਕੀ ਹੇੜਾ ਕੱਤ ਕੇ, ਸੱਚੇ ਪਿੱਛੇ ਖੜਦਾ ਗਵਾਹ ਕੋਈ ਨਾ। ਸਿਮਾਂ ਵਾਲੀ ਵੈਲਿਡਿਟੀ ਲਾਈਫ ਟਾਈਮ ਦੀ, ਪਰ ਹੁਣ ਬੰਦੇ ਦਾ ਵਸਾਂ ਕੋਈ ਨਾ। ਉਹ ਰੇਲ ਗੱਡੀ ਜਦੋਂ ਜਦੋਂ ਚੀਕਾਂ ਮਾਰਦੀ, ਬੇਰੁਜ਼ਗਾਰੀਆਂ ਦੇ ਸੀਨੇ ਪਾੜਦੀ। ਫੁਕਰਾ ਜਾ ਬੰਦਾ ਨਹੀਂ ਸਲਾਹਾਂ ਕਰਦਾ, ਸ਼ਹਿਰ ਫੂਕ ਛੱਡਦੀ ਆ ਅੰਨੀ ਸ਼ਰਦਾ। ਉਹ ਕਿਸੇ ਕੰਮ ਜੋਗਾ ਨਹੀਂ ਸ਼ਦਾਈ ਲਵਲੀ, ਅਜੇ ਤੱਕ ਜਾਣਦਾ ਜੇ ਨਾ ਕੋਈ ਨਾ। ਸਿਮਾਂ ਵਾਲੀ ਵੈਲਿਡਿਟੀ ਲਾਈਫ ਟਾਈਮ ਦੀ, ਪਰ ਹੁਣ ਬੰਦੇ ਦਾ ਵਸਾਂ ਕੋਈ ਨਾ। ਉਹ ਸਿਮਾਂ ਵਾਲੀ ਵੈਲਿਡਿਟੀ ਲਾਈਫ ਟਾਈਮ ਦੀ, ਪਰ ਹੁਣ ਬੰਦੇ ਦਾ ਵਸਾਂ ਕੋਈ ਨਾ।